ਜੁਬਨ ਪੁੱਤ ਵੱਢ ਲਏ ਪੱਠੇ? ਹਾਂਜੀ ਡੈਡੀ, ਪੱਠੇ ਵੱਢ ਕੇ ਤਾਂ ਮੈਂ ਹੁਣੇ ਵਿਹਲਾ ਹੋਇਆ ਸੀ। ਕੋਈ ਗੱਲ ਨਹੀਂ, ਹੁਣ ਵੀ ਸਾਰੇ ਕੰਮ ਹੋ ਹੀ ਜਾਣੇ, ਕੰਮ ਰਹਿੰਦਾ ਕੋਈ ਤੁਹਾਨੂੰ ਪਤਾ ਜਦੋਂ ਕੰਮ ਮਹਾਰਾਜ ਸਵਾਰਨ ਵਾਲਾ। ਹਾਂ, ਇਹ ਹੁਣ ਕਣਕ ਦੀ ਭਾਅ ਜੀ ਗੱਲ ਕਰੀਏ ਆਪਾਂ, ਸੁਣਦੀਆਂ ਬੜੀਆਂ। ਕਰਦਾ ਸਟਾਰਟ? ਹਾਂਜੀ, ਇੱਕ ਕੰਮ ਹੋਰ ਕਰ। ਹਾਂ, ਕੀ? 3-2-1 ਵਾ, 3-2-1 ਵੇ, ਉੱਥੋਂ ਕੱਟ ਨਹੀਂ ਵਾ। ਜੋਬਨ, ਮੇਰਾ ਪੁੱਤ ਇੱਕ ਗੱਲ ਕੰਮ ਹੋਰ ਕਰ, 3-2-1 ਮੇਰਾ ਪੁੱਤ ਇੱਕ ਕੰਮ ਹੋਰ ਕਰ। ਹਾਂ, ਕਿਹੜਾ? ਮੈਨੂੰ ਇਹ ਆ ਵੀ ਕਣਕ ਵਢਾ ਲਈਏ। ਆਹੋ, ਵੇਖ ਫਿਰ ਮੈਂ ਹਰਾ ਨਾ ਖਰਾਬ ਕਰਨ। ਚੱਲ ਠੀਕ ਆ, ਚੰਗਾ। ਬੋਲਦੇ ਨੀ, ਕੰਮ ਇੱਕ ਦੋ ਹੋਰ ਕਰਨ ਵਾਲੇ ਆ, ਉਹ ਕਰਨੇ ਆ ਜੀ, ਫਿਰ ਖਾਊਂਗਾ। ਕੰਮ ਕਰਦਾ ਵਾ ਵੀ, ਇੱਕ ਮਿੰਟ ਕੱਢ ਲਾਈ। ਆ ਗਈ, ਜਦੋਂ ਅਸੀਂ ਗੱਲਾਂ ਕਰਦੇ ਤੇ ਆ ਕੇ ਕਹਿੰਦੇ ਵੀ ਕਿਹੜੀਆਂ ਗੱਲਾਂ ਕਰਨੀਆਂ ਅਸੀਂ ਦੋਵੇਂ ਜਣੀਆਂ, ਤੇ ਬਾਅਦ ਚ ਮੈਨੂੰ ਅਸੀਂ ਕੱਢ ਲਈ ਪਹਿਲਾਂ ਇਹ ਗੱਲ। ਮਤਲਬ 1-2-1 ਚਲੋ ਵਧੀਆ ਹੋ ਗਿਆ ਵੀ, ਕੰਮ ਹੋ ਗਿਆ ਹਨਾ, ਕੱਪੜੇ ਆ ਗਏ ਹਨਾ, ਕੁੜੀ ਨੇ ਵੀ ਲਹਿੰਗਾ ਪਸੰਦ। 2-1 ਕਿੱਦਾਂ, ਵਧੀਆ ਵਧੀਆ ਹੋ ਗਏ ਕੱਪੜੇ? ਹਾਂਜੀ, ਵਧੀਆ ਵਧੀਆ ਹੋ ਗਏ। ਕੀ ਹੋ ਗਿਆ ਕੱਪੜੇ? ਲਹਿੰਗਾ ਪਸੰਦ ਆ ਗਿਆ। ਚੱਲ ਵਧੀਆ ਵਧੀਆ ਹੋ ਗਿਆ ਫਿਰ ਕੰਮ। ਕਿੱਦਾਂ ਲੱਗਾ ਸੁਭਾਅ ਕੁੜੀ ਦਾ? ਹਾਂ ਠੀਕ ਹੀ, ਵਧੀਆ। ਤੇ ਕਿੱਦਾਂ ਪੁੱਛਿਆ ਸਿੱਧੀ ਬਾਰੇ? 2-3 ਚਾਹੇ ਮੈਂ ਸਵਾ ਕੇ ਰੱਖ ਛੱਡੀ ਤੇ ਫਿਰ ਇੱਥੇ ਆ ਕੇ ਪਾ ਲਈ। ਚੱਲ ਵਧੀਆ, ਕਹਿੰਦੇ ਸੀ ਕਿ ਸਵਾ ਕੇ ਰੱਖ ਛੱਡੀ ਤੇ ਚੱਲ ਇੱਥੇ ਆ ਕੇ ਪਾ ਲਈ। ਚੱਲ ਕੋਈ ਨੀ। ਸਾਰਾ ਦਿਨ ਇਹਨਾਂ ਨੂੰ ਲੈ ਕੇ ਬੈਠੀ ਰਹਿੰਦੀ ਆ, ਇਹਦੇ ਵਿੱਚੋਂ ਕੀ ਕੱਢਣਾ? ਸਾਹਮਣੇ ਤਾਂ ਚੰਗੇ ਹੀ ਰਹਿਣਾ ਉਹਨਾਂ ਨੇ, ਮੈਨੂੰ ਜਵਾਬ ਦਿੰਦੇ ਆ, ਤੁਹਾਨੂੰ ਨੀ ਜਵਾਬ ਦੇਣਾ ਉਹਨਾਂ। ਰਮਨ ਕਿਤੇ ਗੱਲ ਝੂਠ ਹੀ ਨਾ ਹੋਵੇ। ਚੱਲ ਰਮਨ ਨਹੀਂ ਨਾ ਗਈ ਜੋਤ, ਤੇ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਏ। ਤੇ ਪੁੱਛੋ ਨਾ ਵੀ ਕੀ ਲੈ ਕੇ ਆਏ ਸੀ, ਤੁਹਾਡਾ ਸੀਨ ਵਾ ਕਰੇ ਯਾਰ, ਕੱਟਿਓ। ਰਮਨ ਹੋ ਸਕਦਾ ਜੋਤ ਦੀ ਕੋਈ ਮਜਬੂਰੀ ਹੋਏ, ਉਹ ਤਾਂ ਹੀ ਨਹੀਂ ਗਈ। ਤੇ ਲੈ ਕੇ ਕੀ ਆਈ ਯਾਰ ਰੁਪਿੰਦਰ? ਲਿਆਉਣਾ ਉਹਨੇ ਕੀ ਸੀ, ਇੱਕ ਤੇ ਲਹਿੰਗਾ ਬੁੱਕ ਕਰਾਇਆ ਉਹਨਾਂ ਨੇ। ਅੱਛਾ, ਇੱਕ ਮੁੰਡੇ ਦੇ ਨਾਲ ਸ਼ੇਰਵਾਨੀ ਲੈਣੀ ਸੀ, ਪਰ ਨਿੱਕਾ ਮੋਟਾ ਸਮਾਨ ਸੌ ਹੁੰਦਾ ਕੁੜੀਆਂ ਦਾ, ਤੇ ਆਉਣ ਲੱਗੀ ਨੂੰ ਨਾ ਉਹਨਾਂ ਨੇ ਸੂਟ ਲੈ ਦਿੱਤਾ। ਅੱਛਾ, ਇਹਨੂੰ ਆਂਦੀ ਵੀ ਖਾਲੀ ਹੱਥ ਕੀ ਘੱਲਣਾ ਵਾ, ਤਾਂ ਕੋਈ ਗੱਲ ਨਹੀਂ ਮੀਜੀ, ਪਾ ਲੈਂਦੀ ਹਾਂ, ਕਿਉਂਕਿ ਜੇ ਉਹਨੇ ਕੱਢ ਕੁੱਢ ਲਿਆ ਨਾ ਕੁਝ, ਫਿਰ ਇੱਥੇ ਪੰਗਾ ਖੜਾ ਹੋਊਗਾ, ਪਿਓ ਤੇ ਰਹਿੰਦਾ ਸਾਡਾ ਹੀ, ਦੋਵਾਂ ਜਾਣੀਆਂ ਦਾ ਫਿਰ ਕਸੂਰ ਕੱਢਣਾ ਵਾ ਉਹਦੀ ਗਲਤੀ। ਰੁਪਿੰਦਰ ਗੱਲ ਸੁਣ ਮੇਰੀ ਪੁੱਤ, ਪਤਾ ਨਹੀਂ ਹੁਣ ਸਮਝਣ ਵਿੱਚ ਆਈ ਆ ਕਿ ਨਹੀਂ ਆਈ, ਸਮਝ ਗਈ ਹੋਣੀ ਆ, ਚਲਾਕ ਵਾ ਤਾਂ, ਇੱਡੀ ਭੋਲੀ ਨਹੀਂ ਗਈ ਉਹ ਹੈਗੀ, ਪਰ ਇਹ ਆ ਵੀ ਕੋਈ ਗਲਤ ਨਾ ਕਰੂਗੀ ਜੇ ਹੁਣ ਮੈਂ ਉੱਥੇ ਜਾਊਂਗੀ ਤੇ। ਗੱਲ ਸੁਣੋ ਮੇਰੀ, 2-1 ਮੇਰੀ ਗੱਲ ਸੁਣੋ, ਆਉਣਾ ਮੈਂ ਕਿੱਧਰ ਆ, ਮੈਂ ਤੁਹਾਡੇ ਵੱਲ ਹੀ ਆਈ ਆ। ਫੜ ਕੇ ਲਿਆ ਤੇ ਪਹਿਲੇ ਪੈਸੇ ਕਿੱਥੇ ਗਏ ਆ ਜਿਹੜੇ ਤੁਹਾਡੇ ਕੋਲ ਸੀ? ਪੈਸਾ ਤੇ ਤੇਰੇ ਹੁੰਦੇ ਆ ਵੀ, ਜਿਹੜੀ 30-40 ਹਜ਼ਾਰ ਦੀ ਸੀ ਉਹ ਤਾਂ 2-2 ਲੱਖ ਦੀ ਤੇ ਚੀਜ਼ ਜੀ ਲਈ ਆ। ਰਮਨ ਪੈਸੇ ਤੇ ਸਾਰੇ ਤੇਰੇ ਹੱਥੀ ਲੱਗਣ ਡੇ ਆ, ਮੈਂ ਕਿਹੜਾ ਕਿਸੇ ਨੂੰ ਵੰਡਣ ਡਿਆ ਵਾ। ਮੇਰੀ ਇੱਕ ਗੱਲ ਸੁਣੋ, ਪੈਸੇ ਤੁਸੀਂ ਚੁੱਕਣ ਬਹਿ ਗਏ ਜੇ
ਪਹਿਲਾਂ ਤੁਹਾਡੇ ਕੋਈ ਪੈਸਾ ਨਹੀਂ, ਤੁਹਾਨੂੰ ਨਹੀਂ ਪਤਾ ਤੇ ਕੁੜੀ ਮੇਰੀ ਜਵਾਨ ਹੋਈ ਭਲਕੇ ਇਹਦਾ ਵਿਆਹ ਕਰਨਾ ਮੈਂ ਕੀਤਾ ਸੀ ਉਹਦਾ। ਮੈਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ, ਮੈਂ ਤੈਨੂੰ ਇੱਕੋ ਗੱਲ ਕਹੀ ਆ ਵੀ ਹਲਵਾਈਆਂ ਨੇ ਕਿਹਾ ਵੀ ਕੋਈ ਚੀਜ਼ ਦੇ ਵਿੱਚ ਨਾ ਖਰਾਬੀ, ਮੈਂ ਤੁਹਾਡੇ ਨਾਲ ਨਾ ਸਿਰ ਅਡਾਉਣ ਨਹੀਂ ਆਈ ਵੀ ਗਾੜੀ ਮੇਰਾ ਗੱਲ ਪੈ ਜਾਓ। ਚੱਲ ਮਾੜਾ ਜਿਹਾ ਕੰਮ, ਮੁੰਡਾ ਤਾਂ ਵਿਚਾਰਾ ਬੜਾ ਚੰਗਾ ਵਾ ਪਰ ਰਮਨ ਦਾ ਸੁਭਾਅ ਨਹੀਂ ਆ ਠੀਕ, ਉਹ ਆਉਂਦੀ ਜਾਂਦੀ ਇਹਨੂੰ ਗਲ ਪੈਂਦੀ ਹੈ। ਉਹ ਮੁੰਡਾ ਜੋਬਨ ਤਾਂ ਠੀਕ ਆ ਵਿਚਾਰਾ ਪਰ ਰਮਨ ਦਾ ਸੁਭਾਅ ਨਹੀਂ ਆ ਚੰਗਾ, ਇਹਦੇ ਗਲ ਪਈ ਜਾਂਦੀ ਆ। ਮੇਰੇ ਹਿਸਾਬ ਨਾਲ ਜੋਤ ਨੂੰ ਵੀ ਇਹਨੇ ਕਿਹਾ ਹੋਣਾ ਵਾ ਵੀ ਉੱਥੇ ਨਹੀਂ ਜਾਣਾ ਤੁਸੀਂ, ਅਤੇ ਹੁਣ ਉਹਨੇ ਕਿਹਾ ਤਾਂ ਵੀ ਉਹ ਠੀਕ ਨਹੀਂ ਸੀ, ਉਹਨੂੰ ਵੀ ਪੁੱਛੂਗਾ ਜੀ ਮੌਕਾ ਲਾਂਦੇ ਕੋਈ। ਇਹ ਐਕਚੁਅਲੀ ਭਾਅ ਜੀ ਉਹ ਵਾਲਾ ਸੀਨ ਮਾੜਾ ਤਾਂ ਵਿਚਾਰਾ ਸਹੀ ਆ, ਜੋ ਮੈਂ ਕਹਿੰਦਾ ਉਹ ਕਰਦਾ, ਪੈਸੇ ਲੈਣ 'ਤੇ ਇਹਨੂੰ ਮੈਂ ਹੀ ਭੇਜਿਆ ਸੀ। ਫਟਿਆ ਸੀਨ ਲੈ ਕੇ ਇੱਥੋਂ ਆ ਕੇ ਨਾ ਇੱਥੇ ਇੱਥੇ ਕਰਕੇ ਇੱਕ 'ਚ ਕਰ ਦੇ। ਚੰਗਾ ਜੋਬਨ ਪੁੱਤ ਵੱਢ ਲਏ ਪੱਠੇ। ਹਾਂਜੀ ਡੈਡੀ ਪੱਠੇ ਵੱਢ ਕੇ ਤਾਂ ਮੈਂ ਹੁਣੇ ਵਿਹਲਾ ਹੋਇਆ ਸੀ। ਕੋਈ ਗੱਲ ਨਹੀਂ ਹੁਣ ਵੀ ਸਾਰੇ ਕੰਮ ਹੋ ਹੀ ਜਾਣੇ, ਕੰਮ ਰਹਿੰਦਾ ਕੋਈ ਤੁਹਾਨੂੰ ਜਦੋਂ ਕੰਮ ਮਹਾਰਾਜ ਸਵਾਰਨ ਵਾਲਾ। ਹਾਂ ਇਹ ਹੁਣ ਕਣਕ ਦੀ ਭਾਅ ਜੀ ਗੱਲ ਕਰੀਏ ਆਪਾਂ, ਸੁਣਦੀਆਂ ਬੜੀਆਂ ਕਰਦਾ ਸਟਾਰਟ। ਹਾਂਜੀ ਇੱਕ ਕੰਮ ਹੋਰ ਕਰ। ਹਾਂ ਕੀ 3-2-1 ਵਾ 3-2-1 ਵੇ ਉੱਥੋਂ ਕੱਟ ਨਹੀਂ ਵਾ। ਜੋਬਨ ਮੇਰਾ ਪੁੱਤ ਇੱਕ ਗੱਲ ਕੰਮ ਹੋਰ ਕਰ ਲਾ। 3-2-1 ਮੇਰਾ ਪੁੱਤ ਇੱਕ ਕੰਮ ਹੋਰ ਕਰ। ਹਾਂ ਕਿਹੜਾ? ਮੈਨੂੰ ਇਹ ਆ ਵੀ ਕਣਕ ਵਢਾ ਲਈਏ। ਆਹੋ ਵੇਖ ਫਿਰ ਮੈਂ ਹਰਾਣਾ ਖਰਾਬ ਕਰ। ਚੱਲ ਠੀਕ ਆ ਚੰਗਾ। ਬੋਲਦੇ ਨਹੀਂ, ਕੰਮ ਇੱਕ ਦੋ ਹੋਰ ਕਰਨ ਵਾਲੇ ਆ, ਉਹ ਕਰਨੇ ਆ ਜੀ ਫਿਰ ਖਾਊਂਗਾ। ਕੰਮ ਕਰਦਾ ਵਾ ਵੀ ਇਹ ਕੌਣ ਕੱਢ ਲਈ ਆ ਗਈ। ਜਦੋਂ ਅਸੀਂ ਗੱਲਾਂ ਕਰਦੇ ਤੇ ਆ ਕੇ ਕਹਿੰਦੇ ਵੀ ਕਿਹੜੀਆਂ ਗੱਲਾਂ ਕਰਨੀਆਂ ਅਸੀਂ ਦੋਵੇਂ ਜਾਣੀਆਂ ਤੇ ਬਾਅਦ ਚ ਮੈਨੂੰ ਅਸੀਂ ਕੱਢ ਲਈ ਕੱਢ ਲਈ ਪਹਿਲਾਂ ਇਹ ਗੱਲ ਮਤਲਬ 1-2-1 ਚਲੋ ਵਧੀਆ ਹੋ ਗਿਆ ਵੀ ਕੰਮ ਹੋ ਗਿਆ ਹਨਾ, ਕੱਪੜੇ ਆ ਗਏ ਹਨਾ, ਕੁੜੀ ਨੇ ਵੀ ਲਹਿੰਗਾ ਪਸੰਦ। 2-1 ਕਿੱਦਾਂ ਵਧੀਆ ਵਧੀਆ ਹੋ ਗਏ ਕੱਪੜੇ? ਹਾਂਜੀ ਵਧੀਆ ਵਧੀਆ ਹੋ ਗਏ। ਕੀ ਹੋ ਗਿਆ ਕੱਪੜੇ? ਲਹਿੰਗਾ ਪਸੰਦ ਆ ਗਿਆ। ਚੱਲ ਵਧੀਆ ਵਧੀਆ ਹੋ ਗਿਆ ਫਿਰ ਕੰਮ। ਤਾਂ ਲੱਗਾ ਸੁਭਾਅ ਕੁੜੀ ਦਾ? ਹਾਂ ਠੀਕ ਹੀ ਵਧੀਆ। ਤੇ ਕਿੱਦਾਂ ਪੁੱਛਿਆ ਸਿੱਧੇ ਬੜੇ? 2-3 ਸਟਾਰਟ। ਕਿੱਦਾਂ ਵਧੀਆ ਵਧੀਆ ਹੋ ਗਿਆ ਕੰਮ? ਹਾਂਜੀ ਵਧੀਆ ਵਧੀਆ ਹੋ ਗਿਆ ਸਾਰਾ ਹੀ। 2-3 ਸਟਾਰਟ। ਕਿੱਦਾਂ ਵਧੀਆ ਵਧੀਆ ਹੋ ਗਿਆ ਕੰਮ? ਹਾਂਜੀ ਸਾਰਾ ਵਧੀਆ ਹੋ ਗਿਆ ਕੰਮ। ਠੀਕ ਆ, ਤੇ ਕੁੜੀ ਦਾ ਸੁਭਾਅ? ਕੁੜੀ ਦਾ ਸੁਭਾਅ ਵੀ ਚੰਗਾ ਹੁੰਦਾ। ਹਾਂ ਇੱਥੇ ਆ ਜੂਗੀ ਠੀਕ ਹੋ ਜਾਣਾ। ਹਾਂਜੀ ਹਨਾ ਪਤਾ ਲੱਗ ਜਾਣਾ ਉਹਨੂੰ ਸਾਰਾ ਕੁਛ। ਠੀਕ ਬਾਕੀ ਠੀਕ ਹੈ ਸਾਰਾ ਕੁਛ? 2-3 ਸਟਾਰਟ। ਕੋਈ ਗੱਲ ਨਹੀਂ ਹੁਣ ਖਾਲੀ ਕੀ ਘਰ ਜਾਣਾ ਆ। ਅੱਛਾ ਤੇ ਚੱਲ ਸੂਟ ਇੱਕ ਲੈ ਜਾ ਤੇ ਸਵਾਂਗੇ ਤੇ ਚੱਲ ਪਾ ਲਈ ਤੇ ਚਾਹੇ ਮੈਂ ਸਵਾਂਗੇ ਰੱਖ ਛੱਡੀ ਤੇ ਫਿਰ ਇੱਥੇ ਆ ਕੇ ਪਾ ਲਈ। ਚੱਲ ਵਧੀਆ ਕਹਿੰਦੇ ਸੀ ਕਿ ਸਵਾਂ ਕੇ ਰੱਖ ਛੱਡੀ ਤੇ ਚੱਲ ਇੱਥੇ ਆ ਕੇ ਪਾ ਲਈ। ਚੱਲ ਕੋਈ ਨਹੀਂ ਨੇ ਸਾਰਾ ਦਿਨ ਇਹਨਾਂ ਨੂੰ ਲੈ ਕੇ ਬੈਠੀ ਰਹਿੰਦੀ ਆ, ਇਹਦੇ ਵਿੱਚੋਂ ਕੀ ਕੱਢਣਾ? ਸਾਹਮਣੇ ਤਾਂ ਚੰਗੇ ਰਹਿਣਾ ਉਹਨਾਂ ਨੇ, ਮੈਨੂੰ ਜਵਾਬ ਦਿੰਦੇ ਆ, ਤੁਹਾਨੂੰ ਨਹੀਂ ਜਵਾਬ ਦੇਣਾ ਉਹਨਾਂ। ਰਮਨ ਕਿਤੇ ਗੱਲ ਝੂਠੀ ਨਾ ਹੋਵੇ। ਚੱਲ ਰਮਨ ਨਹੀਂ ਨਾ ਗਈ ਜੋਤ ਤੇ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਏ। ਤਾਂ ਪੁੱਛੋ ਉਹਨਾਂ ਵੀ ਕੀ ਕੀ ਲੈ ਕੇ ਆਏ ਸੀ, ਤੁਹਾਡਾ ਸੀਨ ਵਾ ਕਰੇ ਯਾਰ ਕੱਟਿਓ। ਰਮਨ ਹੋ ਸਕਦਾ ਜੋ ਦੀ ਕੋਈ ਮਜਬੂਰੀ ਹੋਏ, ਉਹ ਤਾਂ ਹੀ ਨਹੀਂ ਗਈ ਤੇ ਲੈ ਕੇ ਕੀ ਆਈ ਯਾਰ ਰੁਪਿੰਦਰ? ਲਿਆਉਣਾ ਉਹਨੇ ਕੀ ਸੀ? ਇੱਕ ਤੇ ਲਹਿੰਗਾ ਬੁੱਕ ਕਰਾਇਆ ਉਹਨਾਂ ਨੇ। ਅੱਛਾ ਇੱਕ ਮੁੰਡੇ ਦੀ ਉਹਨਾਂ ਸ਼ੇਰਵਾਨੀ ਲੈਣੀ ਸੀ, ਪਰ ਨਿੱਕਾ ਮੋਟਾ ਸਮਾਨ ਸੌ ਹੁੰਦਾ ਕੁੜੀਆਂ ਦਾ ਤੇ ਆਉਣ ਲੱਗੀ ਨੂੰ ਨਾ ਉਹਨਾਂ ਨੇ ਸੂਟ ਲੈ ਦਿੱਤਾ। ਅੱਛਾ
ਇਹਨੂੰ ਆਂਦੀ ਵੀ ਖਾਲੀ ਹੱਥ ਕੀ ਘੱਲਣਾ ਵਾ ਕੋਈ ਗੱਲ ਨਹੀਂ ਮੀ ਜੀ ਪਾ ਲੈਂਦੀ ਹਾਂ ਕਿਉਂਕਿ ਜੇ ਉਹਨੇ ਕੱਢ ਕੁੱਢ ਲਿਆ ਨਾ ਕੁਝ ਫਿਰ ਇੱਥੇ ਪੰਗਾ ਖੜਾ ਹੋਊਗਾ ਪਿਓ ਤੇ ਰਹਿੰਦਾ ਸਾਡਾ ਹੀ ਦੋਵਾਂ ਜਾਣੀਆਂ ਦਾ ਫਿਰ ਕਸੂਰ ਕੱਢਣਾ ਵਾ ਉਹਦੀ ਗਲਤੀ ਹਰਪਿੰਦਰ ਗੱਲ ਸੁਣ ਮੇਰੀ ਪੁੱਤ ਪਤਾ ਨਹੀਂ ਹੁਣ ਸਮਝਣ ਵਿੱਚ ਆਈ ਆ ਕਿ ਨਹੀਂ ਆਈ ਸਮਝ ਗਈ ਹੁਣੀ ਆ ਚਲਾਕ ਵਾਦਾ ਏਡੀ ਭੋਲੀ ਨਹੀਂ ਹੈਗੀ ਪਰ ਇਹ ਆ ਵੀ ਕੋਈ ਗਲਤ ਨਾ ਕਰੂਗੀ ਜੇ ਹੁਣ ਮੈਂ ਉੱਥੇ ਜਾਊਂਗੀ ਤੇ ਗੱਲ ਸੁਣੋ ਹਾਂ ਮੇਰੀ ਮੇਰੀ ਗੱਲ ਸੁਣੋ ਆਉਣਾ ਮੈਂ ਕਿੱਧਰ ਆ ਮੈਂ ਤੁਹਾਡੇ ਵੱਲ ਹੀ ਆਈ ਆ ਫੜ ਕੇ ਲਿਆ ਤੇ ਪਹਿਲੇ ਪੈਸੇ ਕਿੱਥੇ ਗਏ ਆ ਜਿਹੜੇ ਤੁਹਾਡੇ ਕੋਲ ਸੀ ਪੈਸਾ ਤੇ ਤੇਰੇ ਹੁੰਦੇ ਆ ਵੀ ਜਿਹੜੀ 30 40 ਹਜ਼ਾਰ ਦੀ ਸੀ ਉਹ ਤੋਂ 2-2 ਲੱਖ ਦੀ ਤੇ ਚੀਜ਼ ਜੀ ਲਈ ਆ ਚੀਜ਼ ਲਈ ਆ ਚੀਜ਼ ਚੀਜ਼ 2-1 ਰਮਨ ਪੈਸੇ ਤੇ ਸਾਰੇ ਤੇਰੇ ਹੱਥੀ ਲੱਗਣ ਡੇ ਆ ਮੈਂ ਕਿਹੜਾ ਕਿਸ ਨੂੰ ਵੰਡਣ ਡਿਆ ਵਾ ਮੇਰੀ ਇੱਕ ਗੱਲ ਸੁਣੋ ਪੈਸੇ ਤੁਸੀਂ ਚੁੱਕਣ ਬਹਿ ਗਏ ਜੇ ਪਹਿਲਾਂ ਤੁਹਾਡੇ ਕੋਈ ਪੈਸਾ ਨਹੀਂ ਤੁਹਾਨੂੰ ਨਹੀਂ ਪਤਾ ਤੇ ਕੁੜੀ ਮੇਰੀ ਜਵਾਨ ਹੋਈ ਭਲ ਕੇ ਇਹਦਾ ਵਿਆਹ ਕਰਨਾ ਮੈਂ ਮੈਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੈਂ ਤੈਨੂੰ ਇੱਕੋ ਗੱਲ ਕਹੀ ਆ ਵੀ ਹਲਵਾਈਆਂ ਨੂੰ ਕਿਹਾ ਵੀ ਕੋਈ ਚੀਜ਼ ਦੇ ਵਿੱਚ ਨਾ ਖਰਾਬੀ ਮੈਂ ਤੁਹਾਡੇ ਨਾਲ ਨਾ ਸਿਰ ਅਡਾਉਣ ਨਹੀਂ ਆਈ ਵੀ ਗਾੜੀ ਮੇਰਾ ਗੱਲ ਪੈ ਜਾਓ ਚੱਲ ਮਾੜਾ ਜਿਹਾ ਕੰਮ ਮੁੰਡਾ ਤੇ ਵਿਚਾਰਾ ਬੜਾ ਚੰਗਾ ਵਾ ਪਰ ਰਮਨ ਦਾ ਸੁਭਾਅ ਨਹੀਂ ਆ ਠੀਕ ਉਹ ਹੁੰਦੀ ਜਾਂਦੀ ਇਹਨੂੰ ਗਲ ਪੈਂਦੀ ਹੈ ਉਹ ਮੁੰਡਾ ਜੋ ਬੰਦੇ ਠੀਕ ਆ ਵਿਚਾਰਾ ਪਰ ਰਮਨ ਦਾ ਸੁਭਾਅ ਨਹੀਂ ਆ ਚੰਗਾ ਇਹਦੇ ਗਲ ਪਈ ਜਾਂਦੀ ਆ ਮੇਰੇ ਹਿਸਾਬ ਨਾਲ ਜੋਤ ਨੂੰ ਵੀ ਇਹਨੇ ਕਿਹਾ ਹੋਣਾ ਵਾ ਵੀ ਉੱਥੇ ਨਹੀਂ ਜਾਣਾ ਤੁਸੀਂ ਅਤੇ ਹੁਣ ਉਹਨੇ ਕਹਿ ਤਾ ਵੀ ਉਹ ਠੀਕ ਨਹੀਂ ਸੀ ਉਹਨੂੰ ਵੀ ਪੁੱਛੂਗਾ ਜੀ ਮੌਕਾ ਲਾ ਦੇ ਕੋਈ ਇਹ ਐਕਚੁਅਲੀ ਭਾਅ ਜੀ ਉਹ ਵਾਲਾ ਸੀਨ ਮਾੜਾ ਤਾਂ ਵਿਚਾਰਾ ਸਹੀ ਆ ਜੋ ਮੈਂ ਕਹਿੰਦਾ ਉਹ ਕਰਦਾ ਪੈਸੇ ਲੈਣ 'ਤੇ ਇਹਨੂੰ ਮੈਂ ਹੀ ਭੇਜਿਆ ਸੀ ਪਟਿਆ ਸੀਨ ਲੈ ਕੇ ਇੱਥੋਂ ਆ ਕੇ ਨਾ ਇੱਥੇ ਇੱਥੇ ਕਰਕੇ ਇੱਕ 'ਚ ਕਰ ਦੀ ਚੰਗਾ